अस्सलाम वालेकुम जी राणा साहब। दोस्त मेरे आए सी बारहों एक तुहानू मिलना चाहुंदे सीगे, कोई कंपनी है उन्हां दी, कोई उन्हां ने कोई चीज चूज बनाई है ते उस सिलसिले तुहानू मिलना सीगा, ते मैं कहा चलो अल्लाह पाक लंगर सिद्धा कर दे, अल्लाह पाक खैर करे। ते वो कलर कहार ने बैठे ते चलिए आप बस आन जानी करना है, दो घंटे जान ते दो घंटे आन, ठीक है। ते उन्होंने मिल के ते वो जिहड़ी मीटिंग करनी है, जो भी मामला हैगा, उन्होंने कोई प्रोडक्ट बनाई है अपनी, अच्छा वो करके ते उन्होंने सिद्धा कर लो अपना, ठीक हो गया भाई। बस तुसी जो भी तुहाडा जेब मतलब जो तुसी आर्डर लाना इंशाल्लाह अल्लाह खैर, चलो ओके ਸੀ ਉਹ ਜਿਸ ਕੰਮ ਨੂੰ ਜਾਣਾ ਉਹ ਕੰਮ ਕਰਾਂਗੇ, ਅੱਲਾ ਖੈਰ ਅੱਲਾ ਬਾਕੀ ਅਗੋ ਡੀਲ ਤੁਸੀਂ ਕਰ, ਅੱਲਾ ਖੈਰ ਅੱਲਾ ਖੈਰ, ਓਕੇ ਆ ਜਾਓ ਹਾਂ ਚਲੋ ਜੀ। ਉਹ ਖੜੇ ਨੇ ਸਾਹਿਬ ਆਪਣੇ ਜਿਹੜੇ ਨੇ, ਇਹਨਾਂ ਦੀ ਹੈ ਜਿਹੜੀ ਇਹਨਾਂ ਦੀ ਫੈਕਟਰੀ ਹੈ ਨਾ ਜੀ, ਅੱਛਾ ਅੱਛਾ ਹਾਂਜੀ ਇਹਨਾਂ ਦੀ ਹੈ ਤੇ ਇਹਨਾਂ ਨੇ ਤੁਹਾਡੇ ਕੋਲ ਕਰਵਾਉਣਾ ਹੈ ਸਾਰਾ ਕੰਮ, ਅੱਛਾ ਅੱਛਾ ਅੱਲਾ ਖੈਰ ਕਰੇ। ਅਸਲਾਮ ਅਲੈਕੁਮ ਸਰ, ਸਰ 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 ਤਸਲੀਮ ਸਾਹਿਬ, ਸਰ ਸਰ ਮੁਜਾਹਦ ਸਾਹਿਬ, ਜਿਹੜੇ ਅਸਲ 'ਚ ਤੁਸੀਂ ਇਹਨਾਂ ਨੂੰ ਬਹੁਤ ਜ਼ਿਆਦਾ ਪਸੰਦ ਆ ਜੀ ਜੀ, ਇਹਨਾਂ ਦੀ ਕੰਪਨੀ ਹੈ ਜੀ ਜੀ, ਤੇ ਇਹ ਕਹਿੰਦੇ ਸੀਗੇ ਕਿ ਇਹਨਾਂ ਨੇ ਇੱਕ ਪ੍ਰੋਡਕਟ ਬਣਾਈ ਹੈ, ਤੇ ਇਹ ਕਹਿੰਦੇ ਸੀਗੇ ਕਿ ਸਾਡੇ ਬ੍ਰਾਂਡ ਐਂਬੈਸਡਰ ਜਿਹੜੇ ਨੇ ਨਾ ਉਹ ਤਸਲੀਮ ਸਾਹਿਬ ਤੇ ਮੁਜਾਹਦ ਸਾਹਿਬ ਬਣ ਜਾਣ ਪਾਕਿਸਤਾਨ ਦੇ ਵਿੱਚ, ਤੇ ਇਹਨਾਂ ਦੀਆਂ ਫੈਕਟਰੀਆਂ ਨੇ ਬਾਹਰ ਵੀ ਨੇ ਤੇ ਇੱਥੇ ਪਾਕਿਸਤਾਨ 'ਚ ਵੀ ਨੇ, ਇਹ ਨਵੀਆਂ ਚੀਜ਼ਾਂ ਬਣਾਉਂਦੇ ਰਹਿੰਦੇ ਆ, ਦੁਨੀਆ 'ਚ ਇੰਟਰੋਡਿਊਸ ਕਰਾਉਂਦੇ ਰਹਿੰਦੇ ਜੀ ਜੀ, ਤੇ ਇਹਨਾਂ ਦੀ ਮੈਨੂੰ ਕਾਲ ਆਈ ਸੀ, ਕਹਿੰਦੇ ਸੀ ਜੀ ਮੈਂ ਇੱਕ ਨਵੀਂ ਪ੍ਰੋਡਕਟ ਬਣਾਈ ਹੈ ਤੇ ਉਹਦੇ ਵਾਸਤੇ ਇਹ ਆ ਕਿ ਮੈਨੂੰ ਇਹ ਦੋ ਬੰਦੇ ਚਾਹੀਦੇ ਨੇ ਮਿਹਰਬਾਨੀ ਕਾਮਯਾਬ ਕਰਾਉਣ ਵਾਸਤੇ, ਕਿਉਂਕਿ ਤੁਸੀਂ YouTube ਤੇ ਤੁਸੀਂ ਡਰਾਮਿਆਂ 'ਚ ਸਟੇਜ ਡਰਾਮਿਆਂ 'ਚ ਤੁਹਾਡਾ ਇੱਕ ਨਾਂ ਆ ਨਾ, ਜਿੱਲੇ ਇਹਨਾਂ ਦੀ ਪ੍ਰੋਡਕਟ ਤੁਸੀਂ ਇਸਤੇਮਾਲ ਕਰਕੇ ਪਬਲਿਕ ਨੂੰ ਦੱਸੋਗੇ ਨਾ ਕਿ ਜੀ ਆਹ ਅਸੀਂ ਇਸਤੇਮਾਲ ਕਰ ਰਹੇ ਹਾਂ ਤੁਸੀਂ ਵੀ ਕਰੋ ਸਰ, ਇੱਦਾਂ ਹੀ ਸਰ ਬਿਲਕੁਲ, ਤੇ ਫਿਰ ਇਹ ਹੈ ਕਿ ਦੁਨੀਆ ਜਿਹੜੀ ਹੈ ਉਹਨੂੰ ਇਸਤੇਮਾਲ ਕਰੇਗੀ ਸਰ। ਕਿੱਥੇ ਤੁਹਾਡੀ ਪ੍ਰੋਡਕਟ ਸਰ? ਇਹ ਸਰ ਇਹਨਾਂ ਬਹੁਤ ਬੜੇ ਬੰਦੇ ਨੇ, ਹਾਂਜੀ ਅਰਬਾਂ ਖਰਬਾਂ ਦਾ ਇਹਨਾਂ ਦਾ ਕੰਮ ਆ ਜੀ। ਇਹ ਸਰ ਤੁਹਾਡੇ ਪੈਰਾਸ਼ੂਟ ਨੇ? ਅੱਛਾ ਜੀ, ਇਹਨਾਂ ਨੇ ਪੈਰਾਸ਼ੂਟ ਬਣਾਏ ਨੇ, ਇਹ ਆਹ ਤੁਸੀਂ ਫੜੀ ਹੋ ਇੱਕ ਮਿੰਟ ਜੀ, ਇਹ ਦੇਖੋ ਇਹ ਪੈਰਾਸ਼ੂਟ ਨੇ, ਇਹ ਦੇਖੋ। ਅੱਛਾ, ਇਹ ਸਰ ਇਹਨਾਂ ਨੇ ਪਾ ਕੇ ਛਾਲਾਂ ਮਾਰਨੀਆਂ ਥੱਲੇ ਇੱਥੋਂ ਸਰ, ਇਹ ਇੱਥੇ ਆਹ ਦੇਖੋ ਨਾ ਜੀ, ਤਸਲੀਮ ਸਾਹਿਬ ਉਰੇ ਆਓ ਜ਼ਰਾ ਇੱਕ ਮਿੰਟ, ਆਹ ਦੇਖੋ ਇਹ ਹੈਗੀ ਆ ਕੋਈ 30,000 ਫੁੱਟ ਗਹਿਰਾਈ ਆ, ਉਹ ਸਾਹਮਣੇ ਦੇਖੋ ਕਲਰ ਕਹਾਰ ਦੀ ਜਿਹੜੀ ਝੀਲ ਆ ਨਾ ਜੀ, ਇੱਥੋਂ ਤੁਸੀਂ ਪੈਰਾਸ਼ੂਟ ਪਾ ਕੇ ਛਾਲਾਂ ਮਾਰ ਦੇਣੀ ਆ, ਅਤੇ ਉਹ ਜਿਹੜੀ ਝੀਲ ਨਜ਼ਰ ਆ ਰਹੀ ਹੈ ਕਲਰ ਕਾਰ ਵਾਲੀ, ਉਹਦੇ ਵਿੱਚ ਤੁਸੀਂ ਲੈਂਡ ਕਰ ਜਾਣਾ ਤੁਸੀਂ ਦੋਨਾਂ ਨੇ, ਇਹ ਆਪਣਾ ਆਪਣਾ ਪੈਰਾਸ਼ੂਟ ਸਰ, ਇਹ ਬੰਦਾ ਇਹ ਪੈਰਾਸ਼ੂਟ ਇਹਨਾਂ ਦਾ ਸਰ, ਅਤੇ ਇਹ ਸਰ ਤੁਸੀਂ ਤੁਹਾਡਾ ਹੈ ਜੀ ਮੁਜਾਹਦ ਸਾਹਿਬ, ਅਤੇ ਇਹ ਤੁਹਾਡਾ ਹੈ, ਅਤੇ ਇਹ ਸਰ ਪਵਾ ਦਈਏ ਸਰ ਇਹਨਾਂ ਨੂੰ? ਇਹ ਲੈਂਡ ਕਿੱਥੇ ਕਰਨਾ ਜੀ? ਉਹ ਜਿਹੜੀ ਝੀਲ ਨਜ਼ਰ ਆ ਰਹੀ ਹੈ ਨਾ, ਹਾਂਜੀ ਉਹ ਜਿਹੜੀ ਝੀਲ, ਉਹਦੇ ਵਿੱਚ ਤੁਸੀਂ ਇੱਥੋਂ ਲੈਂਡ ਕਰਨਾ। ਕੀ ਉਹਦੇ ਵਿੱਚ ਕੋਈ ਕੀਮਤੀ ਸ਼ਾਵਾਂ ਵਾ? ਸਾਨੂੰ ਬੋਰੇ ਦੇ ਉੱਤੇ ਚੁਗਣ ਜਾਣੀਆਂ ਸੀ। ਠੀਕ ਹੈ ਨਾ ਜੀ, ਅਤੇ ਅਗਰ ਤੁਸੀਂ ਬਚ ਗਏ ਤਾਂ ਫਿਰ ਇਹ ਆ ਕਿ ਪੂਰੀ ਦੁਨੀਆ 'ਚ ਸਰ ਜਿਲ੍ਹੇ ਅਗਰ ਇਹ ਦੋਨੋਂ ਬੰਦੇ ਬਚ ਕੇ ਆ ਜਾਂਦੇ ਨੇ। ਨਹੀਂ ਨਹੀਂ, ਬਚਣ ਵਾਲੀ ਤਾਂ ਗੱਲ ਹੀ ਨਾ ਕਰੋ ਭਾਅ ਜੀ। ਮਤਲਬ ਵੈਸੇ ਹੀ ਕਿਉਂ ਅਸੀਂ ਆ ਜਿਹੜਾ ਪਾ ਕੇ ਹਾਂਜੀ ਛਾਲ ਮਾਰਨੀ? ਹਾਂਜੀ ਹਾਂਜੀ ਹਾਂਜੀ, ਉਹ ਜਿਹੜੀ ਸਾਹਮਣੇ ਝੀਲ ਆ ਨਾ ਜੀ, ਆਹ ਤਾਂ ਪਹਿਲਾਂ ਮਕਾ ਲਾ, ਝੀਲ ਤਾਂ ਵੇਖ ਲੈਂਦੇ ਆਹ ਪਾਉਣਾ। ਹਾਂਜੀ ਹਾਂਜੀ, ਇਹ ਪੈਰਾਸ਼ੂਟ ਆ, ਜਿਹੜੇ ਤੁਸੀਂ ਛਾਲ ਮਾਰਨੀ ਨਾ ਜੀ ਇਹਨੇ ਖੁੱਲ ਜਾਣਾ, ਇਹ ਤੁਹਾਡੇ ਆਹ ਦੇਖੋ ਇੱਦਾਂ ਤੁਸੀਂ ਆਪਣੀ ਰਾਣਾ ਤੇਰੀ ਮੱਤ ਵੱਜੀ ਆ, ਉਹ ਪਤਾ ਨਹੀਂ ਕੁੱਤਾ ਛੱਡਣ ਆਇਆ ਆ, ਤੂੰ ਸਾਡੀ ਪੈਰਾਸ਼ੂਟ ਬਣਾ ਕੇ ਰੱਖ ਦਿੱਤੀ ਆ। ਇਹ ਸਰ ਪਾਓ ਜ਼ਰਾ ਆਪਣੇ, ਇਹ ਕਿਹੜਾ ਪੈਰਾਸ਼ੂਟ ਆ? ਦਿਲ ਕਰੇ ਅਸੀਂ ਉੱਥੇ ਜਾਂਦੇ ਤਿੱਕਰ ਮਿੱਠੇ ਹੋ ਜਾਈਏ, ਚੀਨੀ ਦਾ ਪੈਰਾਸ਼ੂਟ ਲਿਆ ਤਾ ਸਾਨੂੰ। ਯਾਰ ਗੱਲ ਤਾਂ ਸੁਣ ਲੈ, ਮੈਨੂੰ ਪੁਆਈ ਜਾਣਦੇ ਆ ਬੜੀ ਵੱਡਿਆ ਬੰਦਾ ਆਇਆ ਨੇ, ਇਹਨਾਂ ਨੇ ਪੈਰਾਸ਼ੂਟ ਬਣਾਏ ਨੇ, ਇਹ ਅਗਰ ਇਹਨਾਂ ਨੇ ਬਣਾਏ ਆ, ਮੈਂ ਤੈਨੂੰ ਕਿਹਾ ਵੀ ਮੈਨੂੰ 6 ਪੈਰਾਸ਼ੂਟ ਲੈ ਕੇ ਦੇ ਸਰ। ਤੁਹਾਡੀ ਤਨਖਾਹ ਲੱਗਣੀ ਹੈ? ਤਨਖਾਹ ਜਦੋਂ ਕਿੱਥੋਂ ਲੱਗਣੀ ਹੈ? ਮੈਂ ਥੱਲੇ ਜਾਣਾ ਆ, ਉੱਥੇ ਆ ਕੇ ਤਨਖਾਹ ਲੈਣੀ ਹੈ? ਹਾਂਜੀ, ਤੇਰਾ ਯਾਰ ਦਿਮਾਗ ਸਹੀ ਆ, ਉਧਰ ਨਜ਼ਰ ਮਾਰ, ਹਾਂ ਤੈਨੂੰ ਤਾਂ ਬਹੁਤੀ ਗਹਿਰਾਈ ਨਜ਼ਰ ਆਉਣੀ ਚਾਹੀਦੀ ਜਿੱਡਾ ਤੇਰਾ ਕੱਦ ਆ, ਆ ਵੇਖ ਤਾਂ ਸਹੀ। ਮੇਰੀ ਗੱਲ ਸੁਣੋ, ਅੱਧਾ ਘੰਟਾ ਤੁਸੀਂ ਸਿਰਫ ਫਲਾਈ ਕਰਨਾ, ਅੱਧਾ ਘੰਟਾ, ਅੱਧਾ ਘੰਟਾ ਤੁਸੀਂ ਹਵਾ 'ਚ ਰਹਿਣਾ ਮੁਜਾਹ ਸਾਹਿਬ, ਇਹ ਖੁੱਲ ਜਾਣਾ ਇਹਦੇ ਨਾਲ ਭਾਜੀ, ਹਵਾ 'ਚ ਰਹਿਣਾ। ਹਾਂਜੀ ਹਾਂਜੀ, ਉਹ ਖੁਦਾ ਦਾ ਖੌਫ ਖਾਓ ਇਹਦੇ ਨਾਲ ਤੇ ਅਸੀਂ ਰਹਿਣਾ। ਵੈਸੇ ਬੜੇ ਅਫਸੋਸ ਦੀ ਗੱਲ ਆ ਯਾਰ, ਯਾਰ ਮੈਂ ਫੈਸਲਾ ਪਾ ਤੋ ਤੁਹਾਨੂੰ ਤੂੰ ਗਿਆ ਯਾਰ, ਮਸ਼ਹੂਰੀ ਦੇਣੀ ਆ ਤੁਸੀਂ ਨਾ, ਯਾਰ ਮਸ਼ਹੂਰੀ ਆ ਹੋਰ ਕੀ ਆ, ਮਸ਼ਹੂਰੀ ਆ ਮੈਂ ਛਾਲ ਮਾਰਾਂ ਥੱਲੇ।
ਟੋਪੀ ਤੁਸੀਂ ਇੰਜ ਪਾਈ ਲਾਦੇ ਹੋਏ ਨੂੰ ਉਹ ਥੱਲੇ ਤੇ ਕੋਈ ਜਨਰਲ ਸਟੋਰ ਵੀ ਹੈ ਨਹੀਂ ਮੈਂ ਰਸਤੇ 'ਚ ਪਾਣੀ ਪੀ ਲਵਾਂ ਹਾਂ ਮੈਂ ਥੱਲੇ ਤੇ ਕੋਈ ਮੰਜਾ ਵੀ ਹੈ ਨਹੀਂ ਪਜਾਂਦਾ ਹੋਇਆ ਲੱਕ ਸਿੱਧਾ ਕਰ ਲਵਾਂ ਲੱਕ ਸਿੱਧਾ ਕਰ ਲਵਾਂ ਮਤਲਬ ਕਿ ਐਡੇ ਵੱਡੇ ਬੰਦੇ ਨੇ ਉਹ ਇੰਗਲੈਂਡ ਤੋਂ ਐਡੇ ਵੱਡੇ ਬੰਦੇ ਆ ਚੱਲ ਸਾਡੇ ਨਾਲ ਪਿੱਛੇ ਬੰਦਾ ਬੰਨ ਇਹ ਬੰਦਾ ਬੰਨ ਅਸੀਂ ਮਾਰਦੇ ਛਾਲ ਸਰ ਤੁਸੀਂ ਇਦਾਂ ਕਰੋ ਤੁਸੀਂ ਉੱਥੇ ਪਹੁੰਚੋ ਜੀ ਤੇ ਇਹ ਬੰਦੇ ਦੋਨੋਂ ਜਿਹੜੇ ਨੇ ਨਾ ਪੈਰਾਸ਼ੂਟ ਬੰਨ ਕੇ ਤੁਸੀਂ ਥੱਲੇ ਮੋਬਾਈਲ ਤੇ ਇਹਨਾਂ ਦਾ ਵੀਡੀਓ ਬਣਾ ਲੈਣਾ ਆ ਰਹੇ ਹੁਣੇ ਲੈਂਡ ਕਰਦੇ ਤੁਹਾਡੇ ਨਾਲ ਹੱਥ ਲਾਉਣਗੇ ਤੁਸੀਂ ਗਲੋਬੋ ਅਸੀਂ ਆਉਨੇ ਆ ਇਹ ਪ੍ਰੋਡਕਟ ਤੁਹਾਡੀ ਹੈ ਜੀ ਨਾ ਸਾਡੇ ਲਈ ਚਾਹ ਚੂ ਬਣਾਓ ਅਸੀਂ ਆ ਕੇ ਪੀਂਦੇ ਆ ਤੁਹਾਡੀ ਪ੍ਰੋਡਕਟ ਮੁਸਲਸਲ ਲਾਣਾ ਦਾ ਜੀ ਤੇ ਫਿਟੇ ਮੂੰਹ ਵੀ ਤੇਰੀ ਪ੍ਰੋਡਕਟ ਦੇ ਨਾਲੇ ਤੇਰੀਆਂ ਐਨਕਾਂ ਤੇ ਤੁਸੀਂ ਸਾਡੀ ਘੜੀ ਸਾਜ਼ਰ ਕੀ ਐਨਕ ਲਾਈ ਆ ਤੇ ਐ ਲਵੋ ਕਿੱਡਾ ਮਸ਼ਵਰਾ ਦੇਣ ਆਇਆ ਤੂੰ ਸਾਨੂੰ ਬਿਸਮਿਲ੍ਲਾ ਲੈ ਕਰੋੜਾ ਪਤੀ ਆ ਉਸਤਾਦ ਜੀ ਮੇਰੀ ਗੱਲ ਸੁਣੋ ਨਜ਼ਰ ਕੀ ਤੇਰੀ ਸ਼ਕਲ ਆ ਇੱਧਰ ਦੇਖੋ ਫੈਕਟਰੀਆਂ ਦਾ ਮਾਲਕ ਆ ਤੇ ਮਿੱਲਾਂ ਦਾ ਮਾਲਕ ਆ ਮੇਰੀ ਗੱਲ ਸੁਣੋ ਫਿਟੇ ਮੂੰਹ ਵੀ ਤੇਰੇ ਮਿੱਲਾਂ ਦੇ ਮਾਲਕ ਤੇ ਸਾਡੇ ਮੂੰਹ ਤੈਨੂੰ ਬੁਲਾਉਣ ਡਿਆ ਆ ਸਾਰੀ ਜ਼ਿੰਦਗੀ ਉਹ ਬਸ ਕਰ ਰਾਣਾ ਤੂੰ ਗੱਲ ਕਰਨ ਵਾਲੀ ਕਰ ਸਾਰੀ ਜ਼ਿੰਦਗੀ ਡਰਾਮੇ ਕਰਕੇ ਕੀ ਬਣਾ ਲਿਆ ਤੁਸੀਂ ਅੱਜ ਤੱਕ ਤੂੰ ਸਾਡੇ ਨਾਲ ਡਰਾਮਾ ਕਰਨ ਡਿਆ ਕਿੱਡਾ ਵੱਡਾ ਮੇਰੇ ਨਾਲ YouTube ਤੇ ਆ ਵੀ ਉਥੇ ਮਸ਼ਹੂਰੀ ਦੇਣੀ ਹੈ ਟੀਵੀ ਤੇ ਆਉਣੀ ਯਾਰ ਮੇਰੀ ਗੱਲ ਉਹ ਆ ਟੀਵੀ ਤੇ ਆਉਣੀ ਆ ਕਿਹੜੀ ਆ ਜਿਹੜੀ ਆ ਯਾਰ ਆ ਪੈਰਾਸ਼ੂਟ ਉਹਨਾਂ ਨੇ ਬਣਾਇਆ ਪੈਰਾਸ਼ੂਟ ਆ ਹੋਰ ਕੀ ਹੈ ਪਤਾ ਨਹੀਂ ਤੈਨੂੰ ਕਿਹਨੇ 10 ਕਿਲੋ ਆਟਾ ਲੈ ਕੇ ਭੇਜ ਦਿੱਤਾ ਤੂੰ ਸਾਡਾ ਪੈਰਾਸ਼ੂਟ ਸਾਨੂੰ ਲਿਆ ਕੇ ਦਿੱਤਾ ਇਹਨੂੰ ਪਾਓ ਉਹ ਭਾਜੀ ਕੋ ਖਰਾਬ ਯਾਰ ਤੁਹਾਨੂੰ 30 ਸਾਲ ਹੋ ਗਏ ਇੱਥੇ ਕਿੱਥੇ ਲੱਗਿਆ ਨੂੰ ਪਾਉਣ ਦੇ ਆ ਕਿ ਕੰਪਨੀ ਨਾਨਕੇ ਆ ਲੋ ਸਾਨੂੰ ਟੂ ਪੀਸਾ ਜਿਹੜਾ ਪਾਉਣ ਡਿਆ ਇਹ ਆ ਕਿ ਤੁਹਾਨੂੰ ਜ਼ਿੰਦਗੀ ਬਣ ਜਾਏਗੀ ਤੁਹਾਡੀ ਜ਼ਿੰਦਗੀ ਸਾਡੀ ਕਿੱਥੋਂ ਬਣਨੀ ਆ ਜਦੋਂ ਅਸੀਂ ਚਲੇ ਜਾਣਾ ਆ ਕਿੱਥੇ ਉਹ ਥੱਲੇ ਉਹ ਥੱਲੇ ਕਿਹੜਾ ਸਫ਼ਰ ਅੱਧੇ ਪੌਣੇ ਘੰਟੇ ਹੀ ਤੁਸੀਂ ਥੱਲੇ ਚਲੇ ਜਾਣਾ ਆ ਥੱਲੇ ਆ ਰਸਤੇ 'ਚ ਤਾਂ ਫਰਿਸ਼ਤੇ ਮਿਲ ਪੜੇ ਆ ਸਾਨੂੰ ਰਸਤੇ 'ਚ ਸਾਡਾ ਹਿਸਾਬ ਸ਼ੁਰੂ ਹੋ ਜਾਣਾ ਆ ਤੁਹਾਡੀ ਡੀ ਗਹਿਰਾਈ ਆ ਤੁਸੀਂ ਇੰਜ ਕਰੋ ਭਾਜੀ ਤੁਸੀਂ ਉਸਤਾਦ ਹੁਣਾਂ ਨੂੰ ਪਾਓ ਤੇ ਮੈਂ ਥੱਲੇ ਜਾ ਕੇ ਨਾ ਵੱਟੇ ਬੁੱਟੇ ਪਰੇ ਕਰਦਾ ਕਿਉਂਕਿ ਮਰੇ ਪਰੇ ਕਿਉਂ ਕਰਦਾ ਕੀ ਗੱਲ ਆ ਹੈ ਮਰੇ ਬੰਦੇ ਨੂੰ ਵੱਟੇ ਬੁੱਟੇ ਪਕਾਦੇ ਪਰੇ ਕਰਦਾ ਹੈ ਉਸਤਾਦ ਜੀ ਤੁਹਾਡੀ ਤੇ ਹੁਣ ਲੰਘ ਗਈ ਬੰਦ ਕਰ ਕੁੱਤੇ ਆ ਲੈ ਵੱਟੇ ਬੁੱਟੇ ਪਰੇ ਕਰਦਾ ਮੈਂ ਕਾਰ ਤੇ ਆਉਣਾ ਹੈ ਇੱਕ ਮਿੰਟ ਫੋਨ ਆਇਆ ਉਹਨਾਂ ਦਾ ਸਰ ਪਹੁੰਚ ਗਏ ਥੱਲੇ ਤੁਸੀਂ ਬਸ ਮਾਰਨ ਲੱਗੇ ਛਾਲਾਂ ਸੀ ਨਜ਼ਰ ਆ ਰਹੇ ਤੁਹਾਨੂੰ ਇੱਥੋਂ ਨਿੱਕੇ ਨਜ਼ਰ ਆ ਰਹੇ ਤੁਹਾਨੂੰ ਅਸੀਂ ਉੱਤੇ ਲੈ ਕਿੱਡੀ ਦੂਰ ਹੋਏਗਾ ਜਦੋਂ ਅਸੀਂ ਨਿੱਕੇ ਨਜ਼ਰ ਆਉਂਦੇ ਆ ਬਰੀਕ ਤੁਹਾਨੂੰ ਫਰੋਜ਼ੀ ਰੰਗ ਨਜ਼ਰ ਆ ਰਿਹਾ ਸਾਡੇ ਵੱਲੋਂ ਵੇ ਸਾਨੂੰ ਨਜ਼ਰ ਹੀ ਉਹਨਾਂ ਸਾਡੇ ਵੱਲੋਂ ਤਾਂ ਪਰਦਾ ਕਰ ਗਏ ਆ ਉਹ ਚਲੋ ਸਰ ਮਾਰਨ ਲੱਗੇ ਛਾਲਾਂ ਸਰ ਨਹੀਂ ਉਹ ਨਹੀਂ ਬਦਤਮੀਜ਼ੀ ਨਹੀਂ ਕਰ ਰਹੇ ਸਰ ਬਿਲਕੁਲ ਬਦਤਮੀਜ਼ੀ ਨਹੀਂ ਕਰ ਰਹੇ ਛਾਲਾਂ ਮਾਰਨ ਲੱਗੇ ਉਹ ਛਾਲਾਂ ਕਿ ਮਾਰੇ ਜੂਏ ਦੇ ਰੇਟ ਹੋਇਆ ਆ ਵੀ ਅਸੀਂ ਛਾਲਾਂ ਮਾਰੀਏ ਪੁਲਿਸ ਆ ਗਈ ਮੈਂ ਸਰ ਆਪਣੇ ਹੱਥੀ ਪਵਾਉਣਾ ਸਰ ਇਹਨਾਂ ਨੂੰ ਪੈਰਾਸ਼ੂਟ ਸਰ ਤੁਸੀਂ ਸਰ ਕੈਮਰਾ ਆਨ ਕਰੋ ਰਾਣਾ ਤੈਨੂੰ ਕਰਦਿਆਂ ਨੇ ਪਾਥੀਆਂ ਲੈਣ ਭੇਜਿਆ ਤੇ ਸਾਨੂੰ ਪੈਰਾਸ਼ੂਟ ਪਵਾਈ ਜਾਂਦੇ ਆ ਜਾ ਲੈ ਜਾ ਕੇ ਦਫਾ ਕਰ ਓਕੇ ਸਰ ਓਕੇ ਗੱਲਾਂ ਕਰੀ ਜਾਂਦਾ ਨਹੀਂ ਸਰ ਭੱਜਣ ਵਾਲੇ ਬੰਦੇ ਨਹੀਂ ਭੱਜਣ ਵਾਲੇ ਆ ਭੱਜ ਗਏ ਅਸੀਂ ਤੁਹਾਡੇ ਵੱਲੋਂ ਇਹ ਤੁਹਾਡੇ ਸਾਹਮਣੇ ਜਾਨ ਦੇਣਗੇ ਲੈ ਜਾਨ ਦੇਣਗੇ ਐਡਾ ਕਿਤੇ ਓਕੇ ਸਰ ਮਾਰਨ ਲੱਗੇ ਚੱਲ ਪਹਿਲੇ ਭਾਈ ਤਸਲੀਮ ਨੇ ਮਾਰਨੀ ਛਾਲ ਨਹੀਂ ਪਹਿਲਾਂ ਰਾਣੇ ਨੇ ਮਾਰਨੀ ਆ ਇਹ ਮਾਰ ਕੇ ਦਿਖਾਵੇ ਵੀ ਛਾਲ ਤਾਜ਼ਾ ਆ ਅਸੀਂ ਉਹਨਾਂ ਨੂੰ ਬੰਨ ਕੇ ਨਾ ਸੁੱਟਦੇ ਥੱਲੇ ਜੀ ਲੈ ਬੰਨ ਕੇ ਸਿੱਟਦੇ ਆ ਲੋ ਜੀ ਮੈਂ ਵੀ ਬਣਾਉਣਾ ਤੁਹਾਡੇ ਨਾਲ ਚਲੋ ਪਤ ਸਲੀਮ ਸਾਹਿਬ ਨੂੰ ਬਣਾਓ ਆਹ ਬਣਾਓ ਰਾਣਾ ਮੁੜ ਜਾ ਤੇ ਮੈਂ ਕਹੀ ਜਾਣਦੇ ਆ ਮੈਂ ਹੁਣ ਗੱਲ ਕੀਤੀ ਤੂੰ ਇਸ ਵਾਸਤੇ ਲੈ ਕੇ ਆਇਆ ਯਾਰ ਭਾਜੀ ਮੇਰੀ ਗੱਲ ਸੁਣ ਲਓ ਤੁਹਾਡੀ ਮੇਰੀ ਬੜਾ ਤੁਹਾਡਾ ਮੇਰਾ ਬੜਾ ਤੱਲਕ ਆ ਤੇ ਇਸ ਤੱਲਕ ਦੀ ਲਾਜ ਰੱਖੋ ਇਹ ਤੁਹਾਨੂੰ ਛਾਲ ਮਾਰਨੀ ਪੈਣੀ ਆ ਜ਼ਿੰਦਗੀ ਮੌਤ ਅੱਲਾ ਦੇ ਹਵਾਲੇ ਹੁੰਦਾ ਮੇਰੀ ਗੱਲ ਸੁਣ ਲੈ ਰਾਣਾ ਬਹੁਤ ਡੂੰਗੀ ਆ ਓਏ ਉਧਰ ਵੇਖ ਤਾਂ ਸਹੀ ਇੱਕ ਦਿਨ ਆਉਣੀ ਨਹੀਂ ਹੈ ਆਉਣੀ ਨਹੀਂ ਇੱਕ ਦਿਨ ਓ ਯਾਰ ਅੱਗੇ ਪਿੱਛੇ ਆ ਜਾ ਕਿਤੇ ਅੱਜ ਆਉਣੀ ਹੈ ਤੇਰੀ ਵੀ ਨਹੀਂ ਆਉਣੀ ਹਾਂ ਚਲ ਪਾ ਪੈਰਾਸ਼ੂਟ ਤੂੰ ਵੀ ਨਾਲ ਚੱਲ ਨਹੀਂ ਨਹੀਂ ਮੈਂ ਤਾਂ ਗੱਲ ਹੀ ਤੁਹਾਡੀ ਹੋਈ ਹੈ ਲੈ ਗੱਲ ਤੁਹਾਡੀ ਹੋਈ ਹੈ ਹਾਂ ਚਲੋ ਜੀ ਆਪ ਮੁਜਾਹਦ ਫੜ ਯਾਰ ਓ ਭਾਜੀ ਓ ਯਾਰ 5 ਲੱਖ ਰੁਪਿਆ ਤੁਹਾਨੂੰ ਦੇਣਾ ਓ ਭਾਜੀ 5 ਲੱਖ ਰੁਪਿਆ ਕਿਸ ਹਰਾਮ ਦੇ ਨੇ ਖਰਚਣਾ ਆ ਹਾਂ ਕਿਉਂ ਜਦ ਮੈਂ ਮਰੀ ਜਾਣਾ 5 ਲੱਖ ਕਿੰਨੇ ਖਰਚਣਾ ਆ ਇਹ ਮਰ ਕਿਦਾਂ ਜਾਣਾ ਹੈ ਕਿਦਾਂ ਮਰ ਜਾਣਾ ਉਹ 30-40,000 ਫੁੱਟ ਸਫ਼ਰ ਆ ਸਾਰਾ ਓ ਯਾਰ ਵੇ ਹਾਲੇ ਨੂੰ ਕੋਈ ਸ਼ਰਮ ਨਹੀਂ ਆਉਂਦੀ 12-13 ਫੁੱਟ ਤੇ ਫਰਿਸ਼ਤੇ ਖੜੇ ਆ ਰਾਣਾ 12-13-14-15 ਤੇ ਫਰਿਸ਼ਤੇ ਖੜੇ ਆ ਕੁਛ ਨਹੀਂ ਹੋਣ ਲੱਗਾ ਭਾਈ ਇਹ ਕੁਛ ਨਹੀਂ ਹੋਣ ਲੱਗਾ ਇਹ ਬੜਾ ਮਜ਼ਬੂਤ ਆ ਮੈਂ ਤੈਨੂੰ ਬੜਾ ਕੇ ਇਤਰਾਜ਼ ਕਰਨਾ ਵੀ ਰਾਣਾ ਤੂੰ ਤਾਂ ਕਹਿੰਦਾ ਕੁਛ ਨਹੀਂ ਹੋਏਗਾ 5 ਲੱਖ ਰੁਪਿਆ ਨਹੀਂ ਮੈਂ ਨਹੀਂ ਜੀਣਾ ਮੈਂ 5 ਲੱਖ ਨੂੰ ਲੂਣਾ ਆ ਤੇਰੇ ਨੂੰ ਪਿੱਛੇ ਬੱਚੇ ਜੈਸੀ ਕਰਨਗੇ ਬਹੁਤ ਅੱਛੇ ਮੈਂ ਮਰ ਜਾਵਾਂ 5 ਲੱਖ ਦੀ ਬੱਚੇ ਜੈਸੀ ਕਰ ਦੇਣ ਤੇਰੀ ਕਬਰ ਹੋਰ ਭਾਰੀ ਹੋ ਜਾਏ ਤੁਸੀਂ ਸਾਜੀ ਮਾਰੋ ਛਾਲ ਤੇ ਮੈਂ ਲੰਮ ਗਿਆ ਅਗਲੇ ਪਾਸੇ ਵੀ ਮੈਂ ਲੰਮ ਕੇ ਜਾਵਾਂ ਉਹ ਖਲੋ ਜਾ ਮੈਂ ਤੇਰਾ ਖੋਤਾ ਆ ਮੈਂ ਤੇਰਾ ਖੋਤਾ ਜਿਹਨੂੰ ਬੰਨੀ ਜਾਣ ਡਿਆ ਤੁਸੀਂ ਸਾਜੀ ਅੱਲਾ ਦਾ ਨਾਮ ਲੈ ਕੇ ਦੱਸਿਆ ਨੂੰ ਜਾਣ ਡਿਆ ਭਾਜੀ ਮੇਰੀ ਗੱਲ ਸੁਣੋ ਫੈਸਲਾ ਬਾਤ ਉਹ ਚੱਪ ਰਿਹਾ ਓਏ ਫੈਸਲਾ ਬਾਤ ਉਹ ਕਲਰ ਕਰ ਕੀ ਕਰਨ ਆਇਆ ਓ ਯਾਰ ਤੂੰ ਸਾਨੂੰ ਗੇੜੇ ਨਾ ਲਿਆ ਭਾਈ ਤੂੰ ਛਾਲ ਮਾਰ ਦਾ ਭਾਜੀ ਪਹਿਲੇ ਇਹਨਾਂ ਨੂੰ ਮਰਵਾਓ ਛਾਲ ਨਾ ਤੂੰ ਮਾਰ ਛਾਲ ਉਹ ਨਹੀਂ ਉਸਤਾਦ ਦੇ ਮਗਰ ਸ਼ਗਿਰਦ ਹੁੰਦੇ ਆ ਪਹਿਲੇ ਨਾ ਮਾਰ ਕੇ ਮੈਨੂੰ ਦੱਸ ਗਹਿਰਾਈ ਕਿੰਨੀ ਮੋ ਹਿਸਾਬ ਨਾਮ ਆ ਥੱਲੇ ਉਸਤਾਦ ਜੀ ਤੁਹਾਡੀ ਤਾਂ ਆਵਾਜ਼ ਵੀ ਨਹੀਂ ਆਉਣੀ ਹਾਂ ਤੁਸੀਂ ਜਾਣਾ ਵਾ ਗੜਮ ਚਲੋ ਤੂੰ ਤਾਂ ਬੜਾ ਗਾਣਾ ਗਾਉਂਦੇ ਡਿਗਣਾ ਆ ਹਾਂ ਤੂੰ ਤਾਂ ਕਰਦੇ ਡਿਗਣਾ ਆ ਬਕਵਾਸ ਕਰੀ ਓ ਯਾਰ ਗੱਲਾਂ
ਉਹ ਤੂੰ ਸਾਨੂੰ ਮਾਰਨ ਲਿਆ ਗਿਆ ਥੱਲੇ ਤਾਂ ਵੇਖ ਜੇ ਤੁਸੀਂ ਇੱਥੋਂ ਛਾਲ ਨਾ ਮਾਰੀ ਤੇ ਤੁਹਾਡੇ ਦੋਨਾਂ ਨਾਲ ਅੱਜ ਤੋਂ ਬਾਅਦ YouTube ਤੇ ਕੰਮ ਵੀ ਨਹੀਂ ਕਰਨਾ ਮੈਂ ਤੂੰ ਨਾ ਕਰੀ ਜੇ ਅੱਜ ਤੁਹਾਡੀ ਛਾਲ ਕਾਮਯਾਬ ਹੋ ਗਈ ਨਾ ਇਹ ਪੈਰਾਸ਼ੂਟ ਜਿਹੜੇ ਓਕੇ ਹੋ ਗਏ ਉਸ ਤੋਂ ਬਾਅਦ ਇਹ ਕਿ ਮਹੀਨੇ ਬਾਅਦ ਤੁਹਾਡੇ ਕੋ ਬੁਰਜ ਖਲੀਫਾ ਤੋਂ ਛਾਲ ਮਰਵਾਉਣੀ ਦੁਬਈਓਂ ਦੁਬਈਓਂ ਹਾਂ ਮੈਂ ਤੇਰੇ ਨਾਲ ਸ਼ਾਹਕੋਟ ਨਹੀਂ ਜਾਣਾ ਤੂੰ ਦੁਬਈ ਦਾ ਕੋ ਸੋਚੀ ਫਿਰ ਨੇ ਸਾਰੀ ਜ਼ਿੰਦਗੀ ਦੀ ਰੋਟੀ ਆ ਮੈਂ ਤੇਰੇ ਨਾਲ ਸ਼ਾਹਕੋਟ ਸ਼ੇਖੂਪੁਰ ਨਹੀਂ ਜਾਣਾ ਨਾਲ ਹੀ ਸ਼ੇਖੂਪੁਰਾ ਮੈਂ ਉੱਥੇ ਨਹੀਂ ਜਾਣਾ ਗੱਲ ਤਾਂ ਸੁਣੋ ਕਹਿੰਦਾ ਸਾਰੀ ਜ਼ਿੰਦਗੀ ਦੀ ਰੋਟੀ ਜੁਮੇਰਾਤ ਸਾਡੇ ਘਰ ਦੇ ਨੇ ਦੇਣੀ ਰੋਟੀ ਉਹ ਵੀ ਅੱਗ ਜਾਣਾ ਆ ਜਿਹੋ ਜਿਹੇ ਦਾ ਮੂੰਹ ਆ ਉਹਨਾਂ ਨੇ ਕਿਹਾ ਮੈਂ ਪੈਰਾਸ਼ੂਟ ਨਵੇਂ ਬਣਾਏ ਆ ਤੇ ਮੈਨੂੰ ਤਸلیم ਚਾਹੀਦਾ ਆ ਨਵੇਂ ਆ ਨਵੇਂ ਆ ਔਰ ਨਾਣਾ ਨਵੇਂ ਆ ਤਾਂ ਦੱਸ ਆ ਪਰ ਨਹੀਂ ਕਹਿੰਦੀ ਤੂੰ ਮੰਜੀ ਨਾਲ ਦੌਣ ਖੋਲ ਕੇ ਲੈ ਆਇਆ ਇਹ ਰਫਾਇਆ ਲੈ ਲੈ ਕਿਸੇ ਪਾਸੇ ਓ ਯਾਰ ਡਿਜ਼ਾਈਨ ਆ ਡਿਜ਼ਾਈਨ ਆ ਓ ਬੇਸ਼ਮਾਰ ਇਦਾਂ ਦੇ ਲੈ ਕੇ ਰਾਣਾ ਸਾਹਿਬ ਡਿਜ਼ਾਈਨ ਆ ਇਹ ਉੱਤੇ ਜਾ ਕੇ ਖੁੱਲ ਜਾਣੇ ਆ ਲੈ ਇਹ ਇੱਥੇ ਖੁੱਲਣ ਨਹੀਂ ਡੇ ਉੱਤੇ ਖੁੱਲਦੇ ਐ ਇਹ ਉੱਤੇ ਜਾ ਕੇ ਖੁੱਲ ਜਾਣੇ ਤੁਹਾਨੂੰ ਕੁਝ ਨਹੀਂ ਹੋਣਾ ਅਸੀਂ ਥੱਲੇ ਜਾ ਕੇ ਖੁੱਲ ਜਾਣਾ ਆ ਰਾਣਾ ਸਾਡੀ ਲੱਤ ਕਿਤੇ ਪਈ ਹੋਣੀ ਬਾਹ ਕਿਤੇ ਪਈ ਹੋਣੀ ਆ ਅਸੀਂ ਖੁੱਲ ਜਾਣਾ ਉੱਥੇ ਉਸਤਾਦਾਂ ਦਾ ਸਿਰ ਵੀ ਨੰਗਾ ਇੰਜ ਖੁੱਲਣਾ ਵਾ ਜਿਵੇਂ ਲੰਡੇ ਦੀ ਗੰਢ ਖੁੱਲਦੀ ਐ ਆ ਤੂੰ ਤੇ ਜਾਂਦਾ ਦਰਖਤ ਨਾਲ ਲੰਮ ਕੇ ਜਾਣਾ ਆ ਐਡੀ ਗਲੈਰੀ ਤੂੰ ਤੁਸੀਂ ਐਦਾਂ ਕਰੋ ਤੁਸੀਂ ਦੋਨੋਂ ਤੁਹਾਡਾ ਦੋਨਾਂ ਦਾ ਦਿਲ ਨਹੀਂ ਲੱਗਦਾ ਇੱਕ ਦੂਜੇ ਤੋਂ ਬਗੈਰ ਤੁਸੀਂ ਦੋਨੋਂ ਇੱਕ ਪੈਰਾਸ਼ੂਟ 'ਚ ਹੀ ਹੋ ਜਾਓ ਇੱਕ ਤੂੰ ਪਾ ਲਾ ਓ ਯਾਰ ਦਿਮਾਗ ਨਾ ਖਰਾਬ ਕਰੋ ਹੁਣ ਤੇਰਾ ਦਿਮਾਗ ਤੂੰ ਦਿਮਾਗ ਦਾ ਡਾਕਟਰ ਆ ਵੀ ਆਪਰੇਸ਼ਨ ਕਰਨ ਦੇ ਆਪਰੇਸ਼ਨ ਕਰਨ ਦੇ ਆ ਤੇ ਕੋ ਟਾਂਕੇ ਲੱਗ ਜੇ ਗਾ ਗਾ ਹੋ ਜੇ ਤੁਹਾਨੂੰ ਮੈਂ ਲੈ ਕੇ ਆ ਪੈਟਰੋਲ ਲਾਤਾ ਮੈਂ 10000 ਦਾ ਦੱਸ ਅਸੀਂ ਪੀਂਦੇ ਆਉਣ ਦੇ ਅਸੀਂ ਬੱਲੇ ਬੱਲੇ ਸਾਡੀ ਭਾਈ ਆ ਇੱਕ ਤੁਹਾਡਾ ਮੈਂ ਭਲਾ ਕਰਨ ਦੇ ਆ ਭਲਾ ਬੜਾ ਇੱਥੇ 10 ਮਰਲੇ ਜਗ੍ਹਾ ਲਾ ਕੇ ਦਿੱਤੀ ਆ ਉਸ ਬੰਦੇ ਨਾਲ ਮੈਂ ਗੱਲ ਕੀਤੀ ਮੈਂ ਕਿਹਾ ਜੀ ਤੁਸੀਂ ਫਿਕਰ ਨਾ ਕਰੋ ਬੰਦਾ ਵੀ ਉਹ ਜਾਵੇ ਮਰੇ ਸਾਡੇ ਵਾਲਾ ਤਾਂ ਤੂੰ ਵੀ ਮਰ ਮੈਂ ਕਿਹਾ ਜੀ ਛਾਲਾ ਮਰਵਾਉਣਾ ਮੇਰੀ ਜ਼ਿੰਮੇਵਾਰੀ ਹੈ ਛਾਲਾ ਮਰਵਾਉਣਾ ਤੇ ਉਹ ਵੀ ਕਰਵਾ ਦਿਓ ਕਿਤੇ ਉਹਦਾ ਪ੍ਰੋਡਕਟ ਕਾਮਯਾਬ ਹੋਵੇ ਏਡਾ ਕਈ ਜਾਣਦੇ ਆ ਕਰੀਏ ਚਲੀਏ ਚਲੀਏ ਮੈਂ ਕਿੱਥੇ ਕਹਿੰਦੇ ਯਾਰ ਕਈ ਜਾਣਦੇ ਆ ਇਹ ਬੰਦਾ ਗੱਲਬਾਤੀਆ ਲੱਗਣ ਡਿਆ ਆ ਤੁਸੀਂ ਓਏ ਅੱਜ ਛਾਲ ਤਾਂ ਵੇਖ ਅਗਲੇ ਬੰਦੇ ਨੇ ਕਰੋੜਾਂ ਰੁਪਏ ਲਾਤਾ ਪੈਰਾਸ਼ੂਟ ਬਣਾਉਣ ਦਾ ਓਏ ਪਰੇ ਲਾਲ ਤੋਂ ਦੇ ਕਰੋੜਾਂ ਤੇ ਆ ਕਰੋੜਾਂ ਰੁਪਏ 5 ਕਰੋੜ ਰੁਪਏ ਦਾ ਬਣਿਆ ਪੈਰਾਸ਼ੂਟ ਕਿਹੜਾ ਆ ਓਏ ਆ ਤੀਆਂ ਦਾ ਬੋਰਾ ਮਿਲਦਾ ਆ ਉਥੋਂ ਰਾਣਾ ਲਿਆ ਤੈਨੂੰ ਮੈਂ ਜਿੰਨੀਆਂ ਕਵੇ ਉਹਨੇ ਬੋਰੇ ਇਕੱਠੇ ਕਰ ਦਿੱਤਾ ਇਹ ਉਹ ਬੋਰਾ ਨਹੀਂ ਹੈਗਾ ਓਏ ਇਹ ਪੈਰਾਸ਼ੂਟ ਇਹ ਪੈਰਾਸ਼ੂਟ ਆ ਓ ਰਾਣਾ ਆ ਵੇ ਪੈਰਾਸ਼ੂਟ ਨਹੀਂ ਹੈਗਾ ਹੱਥ ਸ਼ੂਟ ਆ ਆ ਵੇ ਆ ਬੋਰਾ ਉਹ ਆ ਅਰੇ ਜੇ ਮੂੰਹ ਪਾ ਆ ਤੈਨੂੰ ਪਤਾ ਲੱਗੇ ਉਹ ਬੋਰਾ ਆ ਯਾਰ ਨਹੀਂ ਉਹ ਬੋਰਾ ਉਹ ਭਾਜੀ ਇਹ ਬੋਰਾ ਹੀ ਆ ਇਹ ਡਬਲ ਪੈਰਾਸ਼ੂਟ ਆ ਡਬਲ ਇਹ ਡਬਲ ਪੈਰਾਸ਼ੂਟ ਹੈ ਚ ਲੋਹਾ ਲੱਲਣ ਇਕੱਠਾ ਹੁੰਦਾ ਉਹ ਲੋਕੀ ਉੱਤੇ ਜਾਂਦੇ ਆ ਆ ਕੀ ਆ ਸਾਹਮਣੇ ਵੇਖ ਆ ਕੀ ਆ ਅੱਛਾ ਮੇਰੀ ਗੱਲ ਸੁਣੋ ਓਏ ਆ ਕੀ ਆ ਕਿਹੜਾ ਆ ਡੋਲੀ ਆ ਇਹ ਡੋਲੀ ਆ ਹਾਂ ਇਹ ਡੋਲੀ 'ਚ ਬਹਿ ਕੇ ਲੋਕੀ ਉੱਤੇ ਜਾਂਦੇ ਆ ਹਾਂ ਹੈ ਹਾਂ ਤੇ ਮੈਂ ਥੱਲੇ ਕਿੱਦਾਂ ਜਾਵਾਂ ਥਾਂ ਜਾਂ ਤਾਂ ਡੋਲੀ ਥੱਲੇ ਭੇਜ ਇਹ ਕਿਹੜੀ ਧੀਆਂ ਦਾ ਧੰਨ ਭਰਾਏ ਵਾਲੀ ਡੋਲੀ ਮੇਰੀ ਗੱਲ ਸੁਣੋ ਤੁਸੀਂ ਪਾ ਕੇ ਛਾਲਾ ਮਾਰੋ ਫਿਰ ਜਨਾਜ਼ੇ ਦਾ ਟਾਈਮ ਵੀ ਛੇਤੀ ਰੱਖਣਾ ਹੈ ਸਵੇਰੇ ਤੁਹਾਡੇ ਲਓ ਜੀ ਸੁਣ ਲਓ ਆ ਗਈ ਹੈ ਨਾ ਝੜ ਦੀ ਗੱਲ ਬਾਹਰ ਹੈ ਹਾਂ ਤੇ ਰਿਸ਼ਤੇਦਾਰ ਕਿੱਥੇ ਕਿੱਥੇ ਆਪਣੇ ਰਿਸ਼ਤੇਦਾਰ ਨੇ ਹੈ ਰਿਸ਼ਤੇਦਾਰ ਨਾ ਦੱਸਿਓ ਸ਼ਾਰ ਮਰਵਾਲਾ ਹਾਂ ਠੀਕ ਹੈ ਹਾਂ ਤੇ ਫਿਰ ਤੈਨੂੰ ਜੇ ਬਚ ਗਿਆ ਤੈਨੂੰ ਦੱਸ ਦੇਵਾਂਗੇ ਨਾ ਹੋ ਤੇ ਤੂੰ ਕੱਲਾ ਹੀ ਦੇਗਾ ਪਕਾ ਕੇ ਖਾਈ ਜਾਵੀਂ ਕਿਉਂਕਿ ਨਾਲ ਆਪਣਾ ਵੀ ਨੌਵਾਂ ਰੱਖ ਲਵੀਂ ਨਾਲ ਆਪਣੇ ਜੰਮਣ ਵਾਲਿਆਂ ਦਾ ਵੀ ਰੱਖ ਲਵੀਂ ਤਸਲੀਮ ਸਾਹਿਬ ਮੇਰੀ ਗੱਲ ਸੁਣੋ ਮੈਨੂੰ ਹੁਣ ਇਸ ਗੱਲ ਤੇ ਹੈਰਾਨੀ ਹੋਣ ਡਈ ਹੈ ਇੱਕ ਤੁਹਾਡੇ ਮੇ ਰਿਜ਼ਕ ਦਾ ਮਾਮਲਾ ਕਰਨ ਡਿਆ ਕਰਦਾ ਰਿਜ਼ਕ ਕਾਹਦਾ ਮੇ ਰਿਜ਼ਕ ਹੋਇਆ ਤੂੰ ਤਾਂ ਸਾਡਾ ਅਗਲਾ ਰਿਜ਼ਕ ਬੰਦ ਕਰ ਦੇ ਭਾਈ ਆ ਰੋਟੀ ਖਵਾਈ ਆ ਸਾਨੂੰ ਗਹਿਰਾਈ ਦੇ ਕੇ ਭੁੱਖ ਲੱਗ ਗਈ ਆ ਉਸ ਬੰਦੇ ਨਾਲ ਮੈਂ ਗੱਲ ਕੀਤੀ ਉਹਨੇ ਮੰਗਿਆ ਹੀ ਤੁਹਾਨੂੰ ਓ ਰਾਣਾ ਵੇਖ ਤਾਂ ਸਹੀ ਓਏ ਉਹਨੂੰ ਕਹਿ ਅੱਲਾ ਨੂੰ ਕੁਝ ਹੋਰ ਮੰਗ ਲਾ ਓਏ ਆ ਵੇ ਆਪ ਡਾਕਟਰ ਵੇਖਣ ਡਰਦਾ ਕੀ ਗੱਲ ਝਾਤੀ ਪੈਂਦੀ ਹੁਣ ਤੇਰੇ ਘਰ ਦੇਖ ਅੱਗੇ ਹੋ ਗਏ ਭਾਜੀ ਹਲੇ ਟਾਈਮ ਆ ਮੈਂ ਤੁਹਾਨੂੰ ਦੱਸਣ ਡਿਆ ਹਲੇ ਟਾਈਮ ਆ ਛਾਲਾ ਮਾਰ ਦਿਓ ਓ ਭਾਜੀ ਇੱਥੋਂ ਛਾਲ ਮਾਰਤੀ ਤੇ ਸਾਨੂੰ ਤਾਂ ਸੁੰਘਣ ਵਾਲੇ ਕੁੱਤਿਆਂ ਨੇ ਵੀ ਨਹੀਂ ਲੱਭਣਾ ਅਬੇ ਇੱਥੇ ਸਹੀ ਥੱਲੇ ਹੈ ਕੀ ਆ ਅਸੀਂ ਜਾਣਾ ਨਾ ਸਾਡੀ ਆਵਾਜ਼ ਸੁਣਨ ਤੋਂ ਪਹਿਲਾਂ ਤੂੰ ਪੈਸੇ ਲੈਣ ਚਲੇ ਜਾਣਾ ਆ ਉਸਤਾਦ ਹੁਣ ਅੱਜ ਛਾਲ ਮਾਰੋ ਮੈਂ ਨਹੀਂ ਇਸ ਕੰਮ ਚ ਆਉਂਦਾ ਪਰ ਦਫਾ ਦਫਿਲਾ ਮਾਰੋ ਛਾਲ ਲੈ ਲੋ ਮਾਰਾ ਮਾਰੋ ਮਾਰੋ ਉਹ ਮੇਰੇ ਤੇ ਰੇਟ ਹੋ ਗਿਆ ਮੈਂ ਜੂਆ ਖੇਡਦਾ ਫੜਿਆ ਗਿਆ ਮੈਂ ਤੈਨੂੰ ਕਹੀ ਜਾਂਦਾ ਰਾਣਾ ਮੁੜ ਜਾ ਮੈਂ ਨਹੀਂ ਮਾਰਨੀ ਛਾਲ ਨਹੀਂ ਮਾਰਨੀ ਛਾਲ ਮੈਂ ਰਾਣਾ ਤੈਨੂੰ ਬਤਾ ਦਵਾ ਨਹੀਂ ਮਾਰਨੀ ਛਾਲ